ਸਰਬੱਤ ਖਾਲਸਾ ਸੱਦਣ ਵਾਲੀਆਂ ਪੰਥਕ ਜਥੇਬੰਦੀਆਂ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਐਲਾਨ ਕਰਨ ਮੌਕੇ ਸਿਮਰਜੀਤ ਸਿੰਘ ਮਾਨ ਨੇ ਹੋਰ ਵੀ ਕਈ ਪੰਥਕ ਮੁੱਦੇ ਚੁੱਕੇ ਅਤੇ ਸਰਕਾਰ ਤੋਂ ਉਹਨਾਂ ਦਾ ਢੁੱਕਵਾਂ ਹੱਲ ਕਰਨ ਦੀ ਮੰਗ ਕੀਤੀ। ਮਾਨ ਨੇ ਕਿਹੜੇ ਕਿਹੜੇ ਮੁੱਦੇ ਚੁੱਕੇ ਆਓ ਜਾਣਦੇ ਹਾਂ। ਸਰਬੱਤ ਖਾਲਸਾ ਸੱਦਣ ਵਾਲੀਆਂ ਪੰਥਕ ਧਿਰਾਂ ਵੱਲੋਂ 12 ਫਰਵਰੀ ਨੂੰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਮਨਾਉਣ ਦਾ ਐਲਾਨ ਕੀਤਾ ਗਿਆ। ਇਸ ਬਾਬਤ ਬੋਲਦਿਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਭ ਨੂੰ ਅਪੀਲ ਕੀਤੀ ਤੇ ਕਿਹਾ ਕਿ ਸਿੱਖ ਪਾਰਟੀ ਪੱਧਰ ਤੋਂ ਉੱਠ ਕੇ ਉਹ ਬਰਸੀ ਵਿੱਚ ਸ਼ਾਮਲ ਜ਼ਰੂਰ ਹੋਣ। 12 ਤਰੀਕ ਨੂੰ ਫਤਿਹਗੜ੍ਹ ਸਾਹਿਬ ਕੌਮ ਸਿੱਖਾਂ ਦੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਸਾਡੇ ਸਭ ਤੋਂ ਵੱਡੇ ਹੀਰੋ ਹੈ ਉਹਨਾਂ ਦਾ ਜਨਮਦਿਨ ਅਸੀਂ ਮਨਾ ਰਹੇ ਹਾਂ ਧੂਮਧਾਮ ਦੇ ਨਾਲ ਅਤੇ ਮੈਂ ਸਾਰਿਆਂ ਨੂੰ ਸੱਦਾ ਦਿੰਦਾ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਮੰਨਦੇ ਹੋ ਕਿ ਸਾਡੇ ਉੱਤੇ ਜ਼ੁਲਮ ਹੋਇਆ ਤਾਂ ਮੈਂ ਤੁਹਾਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ 12 ਤਰੀਕ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਜਨਮਦਿਨ ਦੇ ਉੱਤੇ ਦਰਸ਼ਨ ਦਿਓ ਜਿਹਦੇ ਨਾਲ ਹਿੰਦੁੱਤਵ ਨੂੰ ਪਤਾ ਲੱਗ ਜੇ ਕਿ ਸਿੱਖ ਇੱਕ ਵੱਖਰੀ ਕੌਮ ਹੈ, ਵੱਖਰੀ ਕੌਮ ਦਾ ਘਰ ਅਲੈਦਾ ਹੋਣਾ ਚਾਹੀਦਾ ਹੈ। ਪੁਰਤਗਾਲ ਵਿੱਚ ਪੁਲਿਸ ਵੱਲੋਂ ਫੜੇ ਗਏ ਖਾਲਿਸਤਾਨੀ ਪਰਮਜੀਤ ਸਿੰਘ ਪੰਮਾ ਦੇ ਮਾਮਲੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਪੰਮਾ ਬੇਕਸੂਰ ਹੈ, ਪੰਜਾਬ ਪੁਲਿਸ ਵੱਲੋਂ ਉਸ ਨੂੰ ਫਸਾਇਆ ਜਾ ਰਿਹਾ ਹੈ। ਮਾਨ ਨੇ ਯੂਰਪੀਅਨ ਯੂਨੀਅਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤ ਅੰਦਰ ਕਾਨੂੰਨ ਵਿੱਚ ਫਾਂਸੀ ਦੇਣ ਦੀ ਤਜਵੀਜ਼ ਹੈ, ਜਿਸ ਕਰਕੇ ਪੰਮਾ ਨੂੰ ਭਾਰਤ ਭੇਜਣਾ ਨਿਯਮਾਂ ਦੇ ਉਲਟ ਹੋਵੇਗਾ। ਪਰਮਜੀਤ ਸਿੰਘ ਪੰਮਾ ਨੂੰ ਫੜ ਕੇ ਪੋਰਚੁਗਲ ਦੀ ਪੁਲਿਸ ਅਤੇ ਜੱਜਾਂ ਨੇ ਰੱਖਿਆ ਹੋਇਆ, ਉਸ ਨੂੰ ਇਨਵੋਲਵ ਕੀਤਾ ਗਿਆ ਕਿ ਜਿਹੜਾ ਕੋਈ RSS ਦਾ ਲੀਡਰ ਮਾਰਿਆ ਸੀਗਾ ਉਹਦੇ ਕੇਸ ਦੇ ਵਿੱਚ। ਜਦੋਂ ਪੰਮਾ ਜੀ ਇੰਡੀਆ ਦੇ ਵਿੱਚ ਹੈ ਵੀ ਨਹੀਂ ਸੀ ਅਤੇ ਉਹ ਜਿਹੜਾ ਕੇਸ ਚੱਲਿਆ ਉਹਦੇ ਵਿੱਚ ਜਿੰਨੇ ਵੀ ਦੋਸ਼ੀ ਸੀ ਉਹ ਰਿਹਾ ਹੋ ਗਏ ਹੈ, ਤਾਂ ਫਿਰ ਪਰਮਜੀਤ ਸਿੰਘ ਪੰਮੇ ਨੂੰ ਇੱਥੇ ਬੁਲਾਉਣਾ ਅਤੇ ਉੱਥੋਂ ਫੜ ਕੇ ਲਿਆਉਣਾ ਇਹ ਤਾਂ ਬਹੁਤ ਨਜਾਇਜ਼ ਗੱਲ ਹੈ। ਯੂਰਪੀਅਨ ਯੂਨੀਅਨ ਦਾ ਕਾਨੂੰਨ ਹੈ ਕਿ ਜਿਹੜੇ ਮੁਲਕ ਦੇ ਵਿੱਚ ਫਾਂਸੀ ਦਿੱਤੀ ਜਾਵੇ ਉੱਥੇ ਉਹ ਕਿਸੇ ਰੈਫਿਊਜੀ ਨੂੰ ਜਾਣ ਨਹੀਂ ਦਿੰਦੇ ਹੈਗੇ। ਪਰਮਜੀਤ ਸਿੰਘ ਪੰਮੇ ਦਾ ਸਟੇਟਸ ਰੈਫਿਊਜੀ ਦਾ ਹੈ ਇੰਗਲੈਂਡ ਦੇ ਵਿੱਚ, UK ਦੇ ਵਿੱਚ। ਸਿਮਰਨਜੀਤ ਸਿੰਘ ਮਾਨ ਸਿੱਖਾਂ ਦਾ ਹਰ ਮੁੱਦਾ ਖੁੱਲ੍ਹ ਕੇ ਚੁੱਕਣ ਲਈ ਜਾਣੇ ਜਾਂਦੇ ਨੇ, ਜਿਸ ਕਰਕੇ ਉਹਨਾਂ ਬਾਪੂ ਸੁਰੂ ਸਿੰਘ ਖਾਲਸਾ ਦੇ ਸੰਘਰਸ਼ ਨੂੰ ਸਹੀ ਕਰਾਰ ਦਿੱਤਾ। ਮਾਨ ਨੇ ਦਾਅਵਾ ਕੀਤਾ ਕਿ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਦਾ ਇਹ ਇੱਕੋ ਇੱਕ ਰਸਤਾ ਹੈ। ਸਰ ਸੂਰਤ ਸਿੰਘ ਖਾਲਸਾ 1 ਸਾਲ ਤੋਂ ਉਹਨਾਂ ਨੇ ਰੋਟੀ ਖਾਣੀ ਛੱਡੀ ਹੋਈ ਹੈ ਅਤੇ ਜਦੋਂ ਉਹਨਾਂ ਦਾ ਅੰਤਮ ਸਮਾਂ ਆਉਂਦਾ ਸਰਕਾਰ ਫੜ ਕੇ ਉਹਨਾਂ ਨੂੰ ਹੋਸਪਿਟਲ 'ਚ ਲਿਜਾ ਕੇ ਨਾਲੀਆਂ ਰਾਹੀਂ ਉਹਨਾਂ ਨੂੰ ਖੁਰਾਕ ਦੇਈ ਜਾਂਦੀ ਹੈ। ਜੇ ਕੋਈ ਆਦਮੀ ਸਮਝਦਾ ਕਿ ਭਾਰਤ ਦੀ ਸਰਕਾਰ ਅਤੇ ਬਾਦਲ ਦਲੀਏ ਸਾਡੀ ਕੌਮ ਨੂੰ ਖਰਾਬ ਕਰ ਰਹੇ ਹੈ, ਜ਼ੁਲਮ ਕਰ ਰਹੇ ਹੈ, ਤਾਂ ਮੈਂ ਸਮਝਦਾ ਕਿ ਸਰਦਾਰ ਸੂਰਤ ਸਿੰਘ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਜਾਣ ਦੇਣ ਅਤੇ ਜਿਵੇਂ ਉਹਨਾਂ ਦੀ ਮਰਜ਼ੀ ਹੈ ਉਸ ਤਰ੍ਹਾਂ ਹੀ ਉਹਨਾਂ ਨੂੰ ਕਰਨ ਦੇਣ, ਜਿਹਦੇ ਨਾਲ ਸਾਡੇ ਜਿਹੜੇ ਜੇਲ੍ਹ ਦੇ ਵਿੱਚ ਡੱਕੇ ਹੋਏ ਹੈ 20-25 ਸਾਲਾਂ ਤੋਂ ਸਿੱਖ, ਉਹਨਾਂ ਨੂੰ ਅਸੀਂ ਬਾਹਰ ਕਢਾ ਸਕੀਏ। ਸਿਮਰਨਜੀਤ ਸਿੰਘ ਮਾਨ ਵੱਲੋਂ ਹਮੇਸ਼ਾ ਦੀ ਤਰ੍ਹਾਂ ਸਿੱਖ ਮੁੱਦੇ ਖੁੱਲ੍ਹ ਕੇ ਚੁੱਕੇ ਗਏ ਨੇ ਅਤੇ ਭਾਰਤ ਅੰਦਰ ਸਿੱਖਾਂ ਨਾਲ ਧੱਕਾ ਕਰਨ ਦੀ ਗੱਲ ਦੁਹਰਾਈ ਗਈ ਹੈ। ਹੁਣ ਦੇਖਣਾ ਹੀ ਹੋਵੇਗਾ ਕਿ ਸਰਕਾਰ ਇਸ ਮਾਮਲੇ ਵਿੱਚ ਅਗਲਾ ਕਦਮ ਕੀ ਚੁੱਕਦੀ ਹੈ। ਬਿਊਰੋ ਰਿਪੋਰਟ, ਗਲੋਬਲ ਪੰਜਾਬ TV।